ਐਗਰੋਨੈਕਸ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਗੱਲ ਕਰਾਂਗੇ ਝੋਨੇ ਦੀ ਫਸਲ ਦੇ ਵਿੱਚ ਹਿਸਪਾ ਕੀਟ ਦੇ ਬਾਰੇ। ਇਹ ਕੀਟ ਦੇਖਣ ਨੂੰ ਚਮਕੀਲੇ, ਨੀਲੇ ਅਤੇ ਕਾਲੇ ਰੰਗ ਦੇ ਹੁੰਦੇ ਆ। ਇਸ ਕੀਟ ਦੀ ਪਛਾਣ ਇਹਦੀ ਕਮਰ ਦੇ ਉੱਤੇ ਕੰਡਿਆਂ ਤੋਂ ਹੁੰਦੀ ਹੈ। ਇਹ ਕੀਟ ਝੋਨੇ ਦੀ ਫਸਲ ਦੇ ਵਿੱਚ ਪੱਤੀਆਂ ਦੇ ਉੱਤੇ ਅਟੈਕ ਕਰਦੇ ਆ ਅਤੇ ਇਹ ਪੱਤੀਆਂ ਦੀ ਹਰਿਆਲੀ ਖਾਂਦੇ ਆ ਅਤੇ ਪਿੱਛੇ ਚਿੱਟਾ ਜਿਹਾ ਰੰਗ ਛੱਡ ਦਿੰਦੇ ਆ, ਜਿਸ ਕਰਕੇ ਇੱਕ ਤਾਂ ਪੌਦਾ ਵੱਧ ਨਹੀਂ ਪਾਉਂਦਾ ਅਤੇ ਪੌਦੇ ਦਾ ਵਿਕਾਸ ਨਹੀਂ ਹੋ ਪਾਉਂਦਾ ਚੰਗੇ ਤਰੀਕੇ ਨਾਲ। ਇਹਦੀ ਰੋਕਥਾਮ ਦੇ ਲਈ ਕਿਸਾਨ ਟ੍ਰਾਈਜ਼ੋਫੋਸ 1250 ml ਇੱਕ ਹੈਕਟੇਅਰ ਦੀ ਦਰ ਨਾਲ ਸਪਰੇਅ ਕਰ ਸਕਦੇ ਹੈ ਅਤੇ ਜੇ ਤੁਹਾਡੇ ਖੇਤ ਦੇ ਵਿੱਚ ਖਰਪਤਵਾਰ ਹੈਗੀ ਹੈ ਤਾਂ ਉਹਦੀ ਰੋਕਥਾਮ ਕਰਨੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਤੁਸੀਂ ਆਪਣੀ ਫਸਲ ਜਾਂ ਪਸ਼ੂ ਦੇ ਬਾਰੇ ਕੋਈ ਵੀ ਸਮੱਸਿਆ ਦਾ ਹੱਲ ਸਾਡੀ ਐਗਰੋਨੈਕਸ ਦੀ ਐਪ ਦੇ ਉੱਤੇ ਪੋਸਟ ਕਰਕੇ ਲੈ ਸਕਦੇ ਹੋ। ਸਾਡੀ ਟੀਮ ਤੁਹਾਨੂੰ ਉਹਦਾ ਛੇਤੀ ਤੋਂ ਛੇਤੀ ਹੱਲ ਦੱਸੂਗੀ। ਅਤੇ ਇਹੋ ਜਿਹੀ ਹੋਰ ਵੀਡੀਓਜ਼ ਦੇ ਲਈ ਸਾਡੇ ਐਗਰੋਨੈਕਸ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਜੀ।